ਦੋਸਤੋ ਕੁਝ ਸਮੇਂ ਪਹਿਲਾਂ ਮੈਂ ਇੱਕ ਰੈਜ਼ੀਡੈਂਸ ਸਰਟੀਫਿਕੇਟ ਰਿਲੇਟਡ ਵੀਡੀਓ ਬਣਾਈ ਸੀ ਪਰ ਕੁਝ ਵਿਊਵਰਾਂ ਨੂੰ ਸਮਝ ਨਹੀਂ ਆਇਆ ਕਿ ਇਹ ਫੋਰਮ ਕਿਵੇਂ ਭਰਨਾ ਹੈ ਅਤੇ ਅੱਜ ਦੀ ਵੀਡੀਓ ਵਿੱਚ ਪੂਰੀ ਡਿਟੇਲ ਤੁਹਾਨੂੰ ਦੱਸਾਂਗਾ ਕਿ ਇਹ ਫੋਰਮ ਕਿਵੇਂ ਭਰਨਾ ਹੈ ਜੇ ਤੁਸੀਂ ਇਹ ਫੋਰਮ ਚਾਹੁੰਦੇ ਹੋ ਤਾਂ ਵੀਡੀਓ ਵਿੱਚ ਕਮੈਂਟ ਕਰੋ ਮੈਂ ਤੁਹਾਨੂੰ ਵਟਸਐਪ ਨੰਬਰ ਉੱਤੇ ਫੋਰਮ ਸੈਂਡ ਕਰ ਦੇਣਾ ਤੁਸੀਂ ਸਿੱਧਾ ਡਾਊਨਲੋਡ ਕਰਨਾ ਅਤੇ ਪ੍ਰਿੰਟ ਕਢਵਾਉਣਾ ਹੈ 10-15 ਰੁਪਏ ਲੱਗਣਗੇ ਪ੍ਰਿੰਟ ਕਢਵਾਉਣ ਦੇ ਅਤੇ ਆਪਣੇ ਸੇਵਾ ਕੇਂਦਰ ਵਿੱਚ ਜਾ ਕੇ ਜ਼ਰੂਰੀ ਡਾਕੂਮੈਂਟ ਲਗਾ ਕੇ ਜਮ੍ਹਾਂ ਕਰਵਾਉਣਾ ਕਿਉਂਕਿ ਦੋਸਤੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਸਭ ਤੋਂ ਪਹਿਲਾਂ ਆਪਾਂ ਕਰਨਾ ਕਿ ਇਹ ਫੋਰਮ ਜਿਹੜਾ ਉੱਪਰ ਦੇ ਦੋ ਕੋਲਮ ਨੇ ਇਹਨਾਂ ਨੂੰ ਆਪਾਂ ਐਵੇਂ ਛੱਡ ਦਾਂਗੇ ਕਿਉਂਕਿ ਇਹ ਦਫ਼ਤਰੀ ਕੰਮ ਜਿਹੜੇ ਆਫਿਸ ਵਾਲੇ ਹੋਣਗੇ ਉਹ ਆਪਣੇ ਆਪ ਹੀ ਭਰਨਗੇ ਅਤੇ ਇਸ ਤੋਂ ਬਾਅਦ ਜੋ ਫੋਰਮ ਭਰ ਰਿਹਾ ਹੈ ਇਗਜ਼ਾਮਪਲ ਦੇ ਤੌਰ 'ਤੇ ਮੈਂ ਕਿਸੇ ਦਾ ਫੋਰਮ ਭਰ ਰਿਹਾ ਤਾਂ ਮੈਂ ਇੱਥੇ ਆਪਣਾ ਵੇਰਵਾ ਦੇਵਾਂਗਾ ਜੇ ਮੈਂ ਖੁਦ ਲਈ ਆਪਣੇ ਲਈ ਆਪ ਫੋਰਮ ਭਰ ਰਿਹਾ ਤਾਂ ਮੈਂ ਆਪਣਾ ਨਾਮ ਇੱਥੇ ਲਿਖ ਦੂੰਗਾ ਖੁਦ ਇੱਥੇ ਮੇਰਾ ਐਡਰੈਸ ਲਿਖ ਦੂੰਗਾ ਅਤੇ ਮੇਰਾ ਕੀ ਰਿਸ਼ਤਾ ਹੈ ਤਾਂ ਮੈਂ ਆਪਣਾ ਖੁਦ ਲਿਖ ਲੂੰਗਾ ਓਕੇ ਦੋਸਤੋ ਇਸ ਤੋਂ ਬਾਅਦ ਜਿਹਦਾ ਆਪਾਂ ਸਰਟੀਫਿਕੇਟ ਬਣਾ ਰਹੇ ਹਾਂ ਉਸਦਾ ਫੋਰ ਨੰਬਰ ਤੋਂ ਉਸਦੀ ਡਿਟੇਲ ਆਪਾਂ ਨੂੰ ਭਰਨੀ ਸ਼ੁਰੂ ਕਰਨੀ ਪਵੇਗੀ ਸਭ ਤੋਂ ਪਹਿਲਾਂ ਆਪਾਂ ਨੂੰ ਉਸਦਾ ਨਾਮ ਲਿਖਣਾ ਹੈ ਅਤੇ ਜੈਂਡਰ ਮੇਲ ਜਾਂ ਫੀਮੇਲ 'ਚ ਆਪਾਂ ਟਿੱਕ ਮਾਰ ਲਾ ਲਾਂਗੇ ਇਸ ਤੋਂ ਬਾਅਦ ਆਪਾਂ ਫੋਟੋ ਲਾ ਲਾਂਗੇ ਸੈਲਫ ਅਟੈਚਡ ਸਿਗਨੇਚਰ ਅੱਧੇ ਸਿਗਨੇਚਰ ਫੋਟੋ 'ਤੇ ਹੋਣੇ ਚਾਹੀਦੇ ਨੇ ਅੱਧੇ ਬਾਹਰ ਹੋਣੇ ਚਾਹੀਦੇ ਨੇ ਇਸ ਤੋਂ ਬਾਅਦ ਆਪਾਂ ਡੇਟ ਆਫ ਬਰਥ ਲਿਖ ਲਾਂਗੇ ਅਤੇ ਇਸ ਤੋਂ ਬਾਅਦ ਪਲੇਸ ਕਿੱਥੇ ਆਪਣਾ ਜਨਮ ਕਿੱਥੇ ਹੋਇਆ ਹੈ ਇਸ ਤੋਂ ਬਾਅਦ ਫਾਦਰ ਦਾ ਨਾਮ ਮਦਰ ਦਾ ਨੇਮ ਐਂਡ ਐਡਰੈਸ ਪਿੰਨ ਕੋਡ ਜ਼ਿਲ੍ਹਾ ਆਪਣਾ ਅਤੇ ਤੁਸੀਂ ਮੈਰਿਡ ਹੋ ਜਾਂ ਨਹੀਂ ਇਸ ਦੀ ਡਿਟੇਲ ਆਪਾਂ ਇੱਥੇ ਲਿਖ ਦਾਂਗੇ ਇਸ ਤੋਂ ਬਾਅਦ ਆਪਣਾ ਕੰਟੈਕਟ ਨੰਬਰ ਮੋਬਾਈਲ ਨੰਬਰ ਜੋ ਵੀ ਹੈ ਈਮੇਲ ਐਡਰੈਸ ਜੇ ਤੁਹਾਡੇ ਕੋਲ ਹੈ ਤਾਂ ਲਿਖ ਦਿਓ ਨਹੀਂ ਹੈ ਤਾਂ ਰਹਿਣ ਦਿਓ ਸਿੰਪਲ ਜੀ ਗੱਲ ਦੱਸੋ ਦੋਸਤੋ ਤੁਹਾਨੂੰ ਜਿੱਥੇ ਰੈੱਡ ਸਟਾਰ ਲੱਗਿਆ ਹੋਇਆ ਉਹ ਭਰਨੇ ਆਪਾਂ ਲਾਜ਼ਮੀ ਹੁੰਦੇ ਨੇ ਜਿਨ੍ਹਾਂ 'ਤੇ ਨਹੀਂ ਲੱਗਿਆ ਰੈੱਡ ਸਟਾਰ ਉਹ ਆਪਾਂ ਨਾ ਭਰੀਏ ਤਾਂ ਚੱਲ ਵੀ ਜਾਂਦਾ ਇਸ ਤੋਂ ਬਾਅਦ ਆਪਣੀ ਵੋਟਰ ਆਈ ਡੀ ਆਧਾਰ ਕਾਰਡ ਨੋਰਮਲ ਜਿਹੀ ਡਿਟੇਲ ਹੈ ਦੋਸਤੋ ਅਤੇ ਅੱਗੇ ਸੇਵਾ ਦਾ ਵੇਰਵੇ ਦੀ ਗੱਲ ਕਰੀਏ ਤਾਂ ਦੋਸਤੋ ਮੋਡ ਆਫ ਡਿਲੀਵਰੀ ਅਦਾਇਗੀ ਤੁਸੀਂ ਕਿਹੜੇ ਤਰੀਕੇ ਨਾਲ ਜਿਹੜਾ ਸਰਟੀਫਿਕੇਟ ਹੈ ਜਮ੍ਹਾਂ ਕਰਵਾਉਣਾ ਪਸੰਦ ਕਰੋਗੇ ਤੁਸੀਂ ਸੇਵਾ ਕੇਂਦਰ ਜਾਂ ਬਾਏ ਪੋਸਟ ਤੁਸੀਂ ਸੇਵਾ ਕੇਂਦਰ 'ਤੇ ਟਿੱਕ ਮਾਰਨ ਲਾਓ ਤੁਹਾਡੇ ਜਲਦੀ ਬਣ ਜਾਂਦਾ ਹੈ ਜਿਹੜਾ ਵੀ ਸਰਟੀਫਿਕੇਟ ਤੁਸੀਂ ਬਣਵਾਉਣਾ ਹੈ ਇਸ ਤੋਂ ਬਾਅਦ ਸੇਵਾ ਕੇਂਦਰ ਦਾ ਆਪਾਂ ਇੱਥੇ ਐਡਰੈਸ ਫਿਲ ਕਰਨਾ ਜਿਹੜੇ ਨੇੜੇ ਦਾ ਆਪਣਾ ਸੇਵਾ ਕੇਂਦਰ ਉਸਦਾ ਆਪਾਂ ਇੱਥੇ ਐਡਰੈਸ ਲੈਣੇ ਹੈ ਅਤੇ ਅੱਗੇ ਗੱਲ ਕਰੀਏ ਤਾਂ ਬੀਮੇ ਨੰਬਰ 'ਤੇ ਤੁਸੀਂ ਕਿੰਨੇ ਸਮੇਂ ਤੋਂ ਜਿੱਥੇ ਦਾ ਸਰਟੀਫਿਕੇਟ ਬਣਾ ਰਹੇ ਹੋ ਐਗਜ਼ਾਮਪਲ ਦੇ ਤੌਰ 'ਤੇ ਮੈਂ ਇੱਥੇ ਮੇਰੇ ਘਰ ਵਿੱਚ ਇਸ ਐਡਰੈਸ 'ਤੇ ਰਹਿ ਰਿਹਾ ਹਾਂ ਅਤੇ ਉਸਦਾ ਸਮਾਂ ਲਿਖ ਦਾਂਗਾ ਦੋਸਤੋ 3 ਸਾਲ ਤੋਂ ਉੱਪਰ ਹੋਣਾ ਚਾਹੀਦਾ ਜੇ 3 ਸਾਲ ਤੋਂ ਨੀਚੇ ਹੋ ਤੁਸੀਂ ਤਾਂ ਤੁਹਾਡਾ ਸਰਟੀਫਿਕੇਟ ਨਹੀਂ ਬਣੇਗਾ ਅਤੇ ਇਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਜਿਸ ਪਤਲੀ ਤੁਸੀਂ ਅਪਲਾਈ ਕਿੰਨੇ ਸਮੇਂ ਤੱਕ ਰਹੋਗੇ ਆਪਾਂ ਉਹ ਆਪਾਂ ਲਾਈਫ ਟਾਈਮ ਵੀ ਲਿਖ ਸਕਦੇ ਹਾਂ ਇੱਥੇ ਜਾਂ ਕੋਈ ਸਾਲ ਵੀ ਲਿਖ ਸਕਦੇ ਜਿੰਨੇ ਸਾਲ ਤੱਕ ਤੁਸੀਂ ਰਹੋਗੇ ਇਸ ਤੋਂ ਬਾਅਦ ਤੁਸੀਂ ਸਿਗਨੇਚਰ ਕਰਵਾਉਣਾ ਸਰਪੰਚ ਦੇ ਪਟਵਾਰੀ ਜੀ ਜਾਂ MC ਆਪਣਾ ਜੋ ਵੀ ਨੇੜੇ ਤੁਹਾਨੂੰ ਹੈ ਤੁਹਾਡੇ ਲਿਹਾਜ਼ ਵਿੱਚ ਉਸਦੇ ਆਪਾਂ ਸਿਗਨੇਚਰ ਕਰਾ ਲਾਂਗੇ ਸਰਪੰਚ ਦੇ ਹੋਣ ਭਾਵੇਂ ਪਟਵਾਰੀ ਦੇ ਹੋਣ ਭਾਵੇਂ MC ਦੇ ਹੋਣ ਇਸ ਤੋਂ ਬਾਅਦ ਉਹਦੇ ਸਿਗਨੇਚਰ ਅਤੇ ਮੋਹਰ ਲਵਾ ਕੇ ਇਸ ਤੋਂ ਬਾਅਦ ਕਰਨਾ ਕੀ ਹੈ ਆਪਾਂ ਇਹਨਾਂ ਦੁਆਰਾ ਵੀ ਜਿਹੜਾ ਤੁਹਾਡੀ ਇਹ ਮੋਹਰ ਲੱਗੀ ਹੈ ਜਿਹੜੇ ਸਿਗਨੇਚਰ ਹੋਏ ਨੇ ਕਿ ਇਹ ਰੀਅਲ ਹੋਏ ਨੇ ਇਸ 'ਤੇ ਆਪਾਂ ਯੈਸ ਕਰ ਲਾਂਗੇ ਉਸ ਤੋਂ ਬਾਅਦ ਜਿਹੜੀ ਵੀ ਅਧਿਕਾਰੀ ਨੇ ਇਹ ਸਿਗਨੇਚਰ ਕੀਤੀ ਨੇ ਤੁਹਾਡੇ ਤੋਂ ਉਸਦਾ ਆਪਾਂ ਅਤੇ ਆਫਿਸ ਦੀ ਡਿਟੇਲ ਲਿਖ ਦਾਂਗੇ ਅਫਸਰ ਕੀ ਆਫਿਸ 'ਤੇ ਕੀ ਰੈਂਕ 'ਤੇ ਉਹ MC ਨੇ ਕੀਤੇ ਤਾਂ MC ਦੀ ਡਿਟੇਲ ਲਿਖ ਦਾਂਗੇ MC ਲਿਖ ਦਾਂਗੇ ਇੱਥੇ ਇਸ ਤੋਂ ਬਾਅਦ ਜਿੱਦੇ ਆਪਾਂ ਸਿਗਨੇਚਰ ਜਾਂ ਇਹ ਕਰਵਾਏ ਨੇ ਇਸ ਦੀ ਆਪਾਂ ਡੇਟ ਪਾ ਲਾਂਗੇ ਇੱਥੇ ਇਹ ਨੈਕਸਟ ਜਿਹੜਾ ਆਪਣਾ ਕਿੱਤਾ ਹੈ ਜੋ ਕੰਮ ਕਰਦੇ ਹਾਂ ਉਸਦੀ ਡਿਟੇਲ ਆਪਾਂ ਲਿਖ ਦਾਂਗੇ ਅਤੇ ਕਿ ਜਿਹੜੇ ਇਹ ਡਾਕੂਮੈਂਟ ਨੇ ਜ਼ਰੂਰੀ ਇਸ ਦੇ ਨਾਲ ਇਹ ਡਾਕੂਮੈਂਟ ਲਗਾਉਣੇ ਬਹੁਤ ਜ਼ਰੂਰੀ ਹਨ ਰਾਸ਼ਨ ਕਾਰਡ ਦੇ ਪਹਿਲੇ ਅਤੇ ਦੂਜੇ ਪੇਜ ਜਾਂ ਵੋਟਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਇੱਕ ਪਰੂਫ ਆਪਣੇ ਕੋਲ ਹੋਣਾ ਜ਼ਰੂਰੀ ਹੈ ਇਸ ਤੋਂ ਬਾਅਦ ਜਨਮ ਮਿਤੀ ਦੇ ਸਬੂਤ ਹੋਣੇ ਜ਼ਰੂਰੀ ਨੇ ਅਤੇ ਇਸ ਤੋਂ ਬਾਅਦ ਸਰਪੰਚ ਪਟਵਾਰੀ ਦੇ ਮਿਊਂਸੀਪਲ ਕੋਰਟ ਨਾਲ ਪੜਤਾਲ ਕੀਤੀ ਹੋਈ ਦੀ ਕਾਪੀ ਹੋਣੀ ਚਾਹੀਦੀ ਹੈ ਅਤੇ ਸਕੂਲ ਸਰਟੀਫਿਕੇਟ 8ਵੀਂ 10ਵੀਂ ਜਿਹੜਾ ਵੀ ਤੁਹਾਡੇ ਕੋਲ ਹੈ ਇਹ ਇੱਛੁਕ ਹੈ ਜੇ ਤੁਹਾਡੇ ਕੋਲ ਹੈ ਤਾਂ ਲਾ ਦਿਓ ਜੇ ਨਹੀਂ ਹੈ ਤਾਂ ਰਹਿਣ ਦਿਓ ਜੇ ਅਦਰ ਕੋਈ ਅਟੈਚਮੈਂਟ ਲਾਉਣਾ ਚਾਹੁੰਦੇ ਹੋ ਉਹ ਵੀ ਤੁਹਾਡੀ ਇੱਛਾ ਹੈ ਇੱਥੇ ਇਸ ਤੋਂ ਬਾਅਦ ਜਸਟ ਸਿੰਪਲ ਜਿਹਾ ਇਹ ਕੰਮ ਕਰਨਾ ਅਤੇ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਘੱਟੋ ਘੱਟ ਪਿਛਲੇ 12 ਮਹੀਨੇ ਜਾਂ 182 ਦਿਨਾਂ ਤੋਂ ਭਾਰਤ ਵਿੱਚ ਰਹਿ ਰਹੇ ਹਾਂ ਅਤੇ ਮੇਰੀ UDID ਜਿਹੜੀ ਠੀਕ ਅਤੇ ਦਰੁਸਤ ਹੈ ਅਤੇ ਇਸ ਤੋਂ ਬਾਅਦ ਇੱਥੇ ਨੋਰਮਲੀ ਡਿਟੇਲ ਆ ਦੋਸਤੋ ਪੜ੍ਹ ਲਓ ਇੱਕ ਵਾਰੀ ਜੇ ਤੁਸੀਂ ਇਹ ਫੋਰਮ